ਉਸ ਤੋਂ ਪੰਜਾਬ ਦੀ ਨਵੀਂ ਨਵੀਂ ਜੋਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ PSPCL ਯਾਨੀ ਪੰਜਾਬ ਬਿਜਲੀ ਬੋਰਡ ਵਿੱਚ ਆਈ ਜੋਬ ਰਿਕਰੂਟਮੈਂਟ ਦੀ। ਠੀਕ ਹੈ, ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਕਿ ਪੋਸਟਾਂ ਕਾਹਦੀ ਕਾਹਦੀ ਨੇ। ਜੂਨੀਅਰ ਇੰਜੀਨੀਅਰਿੰਗ ਇਲੈਕਟ੍ਰੀਕਲ ਦੀ ਹੈ ਅਤੇ ਜੂਨੀਅਰ ਇੰਜੀਨੀਅਰਿੰਗ ਸਬਸਟੇਸ਼ਨ ਦੀ ਪੋਸਟਾਂ ਨੇ ਅਤੇ ਜੂਨੀਅਰ ਇੰਜੀਨੀਅਰਿੰਗ ਸਿਵਲ ਦੀਆਂ ਪੋਸਟਾਂ ਨੇ। ਠੀਕ ਹੈ, ਲਾਸਟ ਡੇਟ ਦੀ ਗੱਲ ਕਰੀਏ ਆਪਾਂ, ਇਹਨਾਂ ਪੋਸਟ ਨੂੰ ਕਦੋਂ ਤੱਕ ਅਪਲਾਈ ਕਰ ਸਕਦੇ ਹਾਂ ਇੱਥੇ ਆਪਾਂ ਨੋਟ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਿ 1/3/2024 ਤੱਕ ਇਹ ਪੋਸਟਾਂ ਅਪਲਾਈ ਕਰ ਸਕਦੇ ਹਾਂ। ਹੁਣ ਆਪਾਂ ਗੱਲ ਕਰੀਏ ਕਿਹੜੀ ਕਿਹੜੀ ਪੋਸਟਾਂ ਅਤੇ ਇਲੀਜੀਬਿਲਟੀ ਦੀ ਡਿਮਾਂਡ ਕੀ ਮੰਗੀ ਗਈ ਹੈ ਇੱਥੇ। ਸਭ ਤੋਂ ਪਹਿਲਾਂ ਆਪਾਂ ਇੱਥੇ ਨੋਟ ਕਰ ਲਓ ਕਿੰਨੀ ਕਿੰਨੀ ਪੋਸਟਾਂ ਨੇ। ਜਿਹੜੀ ਇਲੈਕਟ੍ਰੀਕਲ ਦੀ ਪੋਸਟਾਂ ਨੇ 378 ਪੋਸਟਾਂ ਨੇ, ਠੀਕ ਹੈ, ਅਤੇ ਸਬਸਟੇਸ਼ਨ ਦੀ ਪੋਸਟਾਂ ਨੇ 112 ਪੋਸਟਾਂ ਨੇ, ਅਤੇ ਸਿਵਲ ਦੀ ਜਿਹੜੀ ਪੋਸਟਾਂ ਨੇ ਉਹ 54 ਪੋਸਟਾਂ ਨੇ। ਟੋਟਲ ਪੋਸਟਾਂ ਦੀ ਗੱਲ ਕਰੀਏ 544 ਪੋਸਟਾਂ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ। ਹੁਣ ਆਪਾਂ ਗੱਲ ਕਰੀਏ ਜਿਹੜੀ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀ ਪੋਸਟਾਂ ਨੇ, ਠੀਕ ਹੈ, ਇਹ ਕਿੰਨੀਆਂ ਪੋਸਟਾਂ ਨੇ ਇੱਥੇ ਤੁਸੀਂ ਨੋਟ ਕਰ ਲਓ। ਜਿਹੜੀ ਇਲੈਕਟ੍ਰੀਕਲ ਦੀਆਂ ਪੋਸਟਾਂ ਨੇ ਤਾਂ ਜਨਰਲ ਵਾਸਤੇ ਟੋਟਲ 58 ਪੋਸਟਾਂ ਨੇ, ਜਿਨ੍ਹਾਂ ਵਿੱਚੋਂ ਰਿਜ਼ਰਵ ਹੈ ਵੂਮਨ ਨਹੀਂ ਹੈ, ਫੀਮੇਲਸ ਲਈ 16 ਪੋਸਟ ਨੇ। ਠੀਕ ਹੈ, ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਹੋਰ ਜਿਹੜੀ SC MB ਮਜ਼ਬੀ ਅਤੇ ਬਾਲਮੀਕੀ ਆ ਗਿਆ ਨਾ, ਇਹਨਾਂ ਦੀ ਟੋਟਲ 24 ਪੋਸਟਾਂ ਨੇ ਅਤੇ ਵੂਮਨ ਵਾਸਤੇ 9 ਪੋਸਟਾਂ ਇੱਥੇ ਰੱਖੀਆਂ ਗਈਆਂ ਨੇ। ਸੋ ਇਸੇ ਤਰ੍ਹਾਂ ਬਾਕੀ ਸਾਰਾ ਤੁਸੀਂ ਸਕਰੀਨਸ਼ੋਟ ਲੈ ਕੇ ਇਸ ਨੂੰ ਚੈੱਕ ਕਰ ਸਕਦੇ ਹੋ। ਓਕੇ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਇਲੀਜੀਬਿਲਟੀ ਕ੍ਰਾਈਟੀਰੀਆ ਕੀ ਹੈ, ਮਤਲਬ ਕਿ ਕਿਹੜੇ ਕਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ। ਜਿਹੜੇ JEE ਇਲੈਕਟ੍ਰੀਕਲ ਦੀ ਪੋਸਟਾਂ ਨੇ ਉਹਨਾਂ ਵਾਸਤੇ ਇੱਥੇ ਕੀ ਮੈਂਸ਼ਨ ਕੀਤਾ, ਤਾਂ ਕੈਂਡੀਡੇਟ ਸ਼ੁੱਡ ਪ੍ਰੋਸੈਸ ਫੁੱਲ ਟਾਈਮ ਰੈਗੂਲਰ ਹੀਅਰ ਡਿਪਲੋਮਾ ਹੋਣਾ ਚਾਹੀਦਾ ਉਹਨਾਂ ਕੋਲ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ। ਠੀਕ ਹੈ, ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ BTECH ਜਾਂ BSC ਕੀਤੀ ਹੈ ਤਾਂ ਇਹ ਪੋਸਟ ਤਾਂ ਵੀ ਤੁਸੀਂ ਐਲੀਜੀਬਲ ਹੋ। ਐਂਡ ਨੈਕਸਟ ਪੋਸਟ ਦੀ ਗੱਲ ਕਰੀਏ ਆਪਾਂ, ਜਿਹੜੀ ਸਬਸਟੇਸ਼ਨ ਦੀ ਪੋਸਟਾਂ ਨੇ, ਇਸ ਵਾਸਤੇ ਵੀ ਕਿ ਇੱਕ ਡਿਪਲੋਮਾ ਮੰਗਿਆ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ। ਸੋ ਹੁਣ ਨੈਕਸਟ ਪੋਸਟ, ਇਸ ਤੋਂ ਬਾਅਦ ਸਿਵਲ ਦੀ ਪੋਸਟਾਂ ਦੀ ਗੱਲ ਕਰੀਏ ਆਪਾਂ, ਇੱਥੇ ਵੀ ਕੀ ਮੰਗਿਆ ਗਿਆ, ਇੱਥੇ ਇੰਜੀਨੀਅਰਿੰਗ ਵਿੱਚ ਡਿਪਲੋਮਾ ਮੰਗਿਆ ਗਿਆ ਸਿਵਲ ਇੰਜੀਨੀਅਰਿੰਗ ਵਿੱਚ। ਠੀਕ ਹੈ, ਓਕੇ ਦੋਸਤੋ, ਇਸ ਦੇ ਰਿਗਾਰਡਿੰਗ ਜੇਕਰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਮੈਂ ਤੋਂ ਪੁੱਛ ਸਕਦੇ ਹੋ। ਅਤੇ ਐਂਡ ਜੇਕਰ ਵੀਡੀਓ ਬੈਨੀਫਿਸ਼ੀਅਲ ਲੱਗੇ ਤਾਂ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਓਕੇ।